ਤੁਹਾਡਾ ਬਹੁਤ ਸਵਾਗਤ ਸਾਡੇ YouTube ਚੈਨਲ ਕਾਰਤੀ ਸਿੰਘ ਵਿੱਚ ਅੱਜ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਜੇ ਵੀਡੀਓ ਚੰਗੀ ਲੱਗੇ ਲਾਈਕ ਕਰ ਦੇਣਾ ਚੈਨਲ ਸਬਸਕ੍ਰਾਈਬ ਕਰ ਦੇਣਾ ਚਲੋ ਕਰਦੇ ਹਾਂ ਵੀਡੀਓ ਸਟਾਰਟ ਸਭ ਤੋਂ ਪਹਿਲਾਂ ਤੁਹਾਨੂੰ ਦੱਸਣ ਜਾ ਰਿਹਾ ਕਿ ਜੋ ਆਪਣੀ CSE ਪੋਰਟਲ ਵਿੱਚ ਆਪਾਂ ਨੂੰ ਇੱਕ ਆਪਸ਼ਨ ਹੈ ਚਲੋ ਠੀਕ ਹੈ ਜੀ ਆਪਸ਼ਨ ਹੈ ਆਪਰੇਟਰ ਇੱਥੇ ਤੁਸੀਂ ਆਪਣਾ ਆਪਰੇਟਰ ਐਡ ਕਰ ਸਕਦੇ ਜੇ ਆਪਰੇਟਰ ਤੁਸੀਂ ਕਿੱਥੇ ਐਡ ਕਰ ਸਕਦੇ ਚਲੋ ਮੈਂ ਤੁਹਾਨੂੰ ਪ੍ਰੋਪਰ ਡਿਟੇਲ ਦੇਣਾ ਸਭ ਤੋਂ ਪਹਿਲਾਂ ਤੁਸੀਂ ਆਪਣੀ CSE ID ਨਾਲ ਲੌਗਇਨ ਕਰ ਲੈਣਾ ਉਹ BLE ਸਿਰਫ ਲੌਗਇਨ ਕਰਕੇ ਆਪਣਾ ਆਪਰੇਟਰ ਐਡ ਕਰ ਸਕਦਾ ਐਡ ਆਪਰੇਟਰ ਦੇ ਕੇ ਕਰਕੇ ਸਭ ਤੋਂ ਪਹਿਲਾਂ ਆਪਾਂ ਆਧਾਰ ਕਾਰਡ ਦਾ ਨੰਬਰ ਪਾਵਾਂਗੇ ਆਪਰੇਟਰ ਦਾ ਨਾਮ ਪਾਵਾਂਗੇ ਡੇਟ ਆਫ ਬਰਥ ਪਾਵਾਂਗੇ ਪ੍ਰੋਪਰ ਮੇਲ ਜਾਂ ਫੀਮੇਲ ਜੋ ਵੀ ਆ ਉਹ ਪਾਵਾਂਗੇ ਈਮੇਲ ਐਡਰੈਸ ਪਾਵਾਂਗੇ ਉਹਨੇ ਰਜਿਸਟਰ ਈਮੇਲ ਐਡਰੈਸ ਪਾਉਣ ਤੋਂ ਬਾਅਦ ਸੈਂਡ OTP ਤੇ ਕਲਿੱਕ ਕਰਾਂਗੇ ਤੇ OTP ਉਹਦੇ ਮੇਲ ID ਤੇ ਆਉਣ ਤੋਂ ਬਾਅਦ ਉਹ ਮੇਲ ID ਤੋਂ OTP ਆਪਾਂ ਪਹਿਲਾਂ ਜਦੋਂ ਇੱਥੇ ਐਂਟਰ ਕਰਕੇ ਉਹ ਵੈਰੀਫਾਈ ਹੋਊਗਾ ਫਿਰ ਮੋਬਾਈਲ ਨੰਬਰ ਪਾਉਣ ਤੋਂ ਬਾਅਦ ਸੈਂਡ OTP ਕਰੋਗੇ OTP ਉਹ ਵੀ ਵੈਰੀਫਾਈ ਹੋ ਕੇ ਆਈ ਸਬਮਿਟ ਦੇ ਆਪਸ਼ਨ ਤੇ ਆਉਣ ਤੋਂ ਬਾਅਦ ਠੀਕ ਹੈ ਤੁਹਾਡੇ ਸਾਹਮਣੇ ਇੱਥੇ ਇੱਕ ਆਪਰੇਟਰ ਮੈਨੇਜਮੈਂਟ ਜਿਹੜੇ ਤੁਹਾਡਾ ਆਪਰੇਟਰ ਐਡ ਹੋ ਜਾਊਗਾ ਇੱਥੋਂ ਤੁਸੀਂ ਉਹਨੂੰ ਡੀਐਕਟੀਵੇਟ ਵੀ ਕਰ ਸਕਦੇ ਡਿਲੀਟ ਵੀ ਕਰ ਸਕਦੇ ਜੇ ਠੀਕ ਹੈ ਸੋ ਬੈਲੈਂਸ ਵੀ ਉਹਦਾ ਕਲਿੱਕ ਕਰ ਸਕਦੇ ਕਲਿੱਕ ਕਰਨ ਤੋਂ ਬਾਅਦ ਤੁਸੀਂ ਇੱਥੋਂ ਵੇਖ ਸਕਦੇ ਜੇ ਇਨਐਕਟਿਵ ਕਿਹੜਾ ਵਾ ਆਪਰੇਟਰ ਜਿਹੜਾ ਤੁਸੀਂ ਡਿਲੀਟ ਕੀਤਾ ਉਹ ਕਿਹੜਾ ਵਾ ਤੁਸੀਂ ਜੇ ਇਹਦੇ ਵਿੱਚ ਜਿਹੜਾ ਆਪਰੇਟਰ ਐਡ ਕੀਤਾ ਜੇ ਤੁਸੀਂ ਉਹਨੂੰ ਇੱਕ ਵਾਰ ਡੀਐਕਟੀਵੇਟ ਕਰਤਾ ਉਹਨੂੰ ਤੁਸੀਂ ਫਿਰ ਐਕਟੀਵੇਟ ਨਹੀਂ ਕਰ ਸਕਦੇ ਠੀਕ ਹੈ ਜੀ ਜੇ ਸਾਡੀ ਨਿੱਕੀ ਜੀ ਜਾਣਕਾਰੀ ਚੰਗੀ ਲੱਗੀ ਲਾਈਕ ਕਰ ਦੇਣਾ ਚੈਨਲ ਸਬਸਕ੍ਰਾਈਬ ਕਰ ਦੇਣਾ ਥੈਂਕ ਯੂ ਫੋਰ ਵਾਚਿੰਗ ਵੀਡੀਓ।